यूके ਦੇ ਗਲਾਸਗੋ ਚ ਵਾਹਿਗੁਰੂ ਬਾਬਾ ਵਜੋਂ ਜਾਣੇ ਜਾਂਦੇ ਭਾਈ ਅਮਰੀਕ ਸਿੰਘ ਦੀ ਕੋਰੋਨਾ ਵਾਇਰਸ ਨਾਲ ਲੜਦਿਆਂ ਹੋਈ ਮੌਤ ਤੋਂ ਗਲਾਸਗੋ ਵਾਸੀ ਗਮਜ਼ਦਾ ਹਨ। ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ ਹੈ। ਇੱਥੋਂ ਤੱਕ ਕਿ 86 ਵਰਿਆਂ ਦੇ ਇਸ ਸਿੱਖ ਬਜ਼ੁਰਗ ਦੀ ਮੌਤ ਦੀ ਖਬਰ ਸੁਣਾਉਣ ਵੇਲੇ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਵੀ ਗੱਚ ਪਰ ਆਇਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਮੁਸ਼ਕਿਲ ਚ ਹੋਣ ਦੇ ਬਾਵਜੂਦ ਹੱਸਦੇ ਮੁਸਕਰਾਉਂਦੇ ਨਜ਼ਰ ਆਉਂਦੇ ਸਨ। ਬਾਕੀਆਂ ਨੂੰ ਵੀ ਹੱਲਾਸ਼ੇਰੀ ਦਿੰਦੇ ਰਹੇ। ਡਾਕਟਰ ਵੀ ਉਹਨਾਂ ਦੇ ਜਜ਼ਬੇ ਨੂੰ ਯਾਦ ਕਰ ਰਹੇ ਹਨ। ਉਮਰ ਦੇ ਇਸ ਪੜਾਅ ਵਿੱਚ ਉਹਨਾਂ ਦੇ ਜਜ਼ਬੇ ਨੂੰ ਵੇਖ ਕੇ ਹੈਰਾਨ ਸਨ। ਉਹਨਾਂ ਨੂੰ ਚਾਹੁਣ ਵਾਲੇ ਹਰ ਧਰਮ ਭਾਈਚਾਰੇ ਨਸਲ ਦੇ ਲੋਕ ਹਨ। ਹਰ ਕੋਈ ਉਹਨਾਂ ਦੀ ਸ਼ਖਸੀਅਤ ਨੂੰ ਯਾਦ ਕਰ ਰਿਹਾ ਹੈ। 1970 ਵਿੱਚ ਗਲਾਸਗੋ ਪਹੁੰਚੇ ਅਮਰੀਕ ਸਿੰਘ ਆਪਣੀ ਸੇਵਾ ਭਾਵਨਾ ਅਤੇ ਹਰ ਕਿਸੇ ਦੇ ਕੰਮ ਆਉਣ ਵਾਲੇ ਸੁਭਾਅ ਕਰਕੇ ਵਾਹਿਗੁਰੂ ਬਾਬਾ ਵਜੋਂ ਜਾਣੇ ਜਾਂਦੇ ਸਨ। ਉਹ ਮੈਰਾਥਨ ਦੌੜਾਕ ਸਨ ਅਤੇ ਉਹ ਹਰ ਲੋੜਵੰਦ ਦੀ ਮਦਦ ਕਰਦੇ ਸਨ। ਵਾਹਿਗੁਰੂ ਬਾਬਾ ਦੇ ਪੋਤੇ ਪਵਨ ਸਿੰਘ ਦਾ ਕਹਿਣਾ ਹੈ ਕਿ ਉਹ ਗਲਾਸਗੋ ਵਿੱਚ ਏਸ਼ੀਅਨ ਭਾਈਚਾਰੇ ਦੇ ਸੰਸਥਾਪਕਾਂ ਵਿੱਚੋਂ ਸਨ। ਹਿੰਦੂ, ਮੁਸਲਿਮ, ਸਿੱਖ ਧਰਮ ਦੇ ਲੋਕ ਉਹਨਾਂ ਨੂੰ ਬਰਾਬਰ ਮਾਨਤਾ ਦਿੰਦੇ ਹਨ, ਪਿਆਰ ਕਰਦੇ ਹਨ। ਉਹ ਹਰ ਕਿਸੇ ਦੇ ਕੰਮ ਆਉਂਦੇ ਸਨ। ਪਿਛਲੇ 15 ਸਾਲ ਤੋਂ ਹਰ ਸਾਲ ਪੰਜਾਬ ਜਾਂਦੇ, ਉੱਥੇ ਅੱਖਾਂ ਦੇ ਕੈਂਪ ਲਗਾਉਂਦੇ ਸਨ, ਲੋਕਾਂ ਦੀ ਮਦਦ ਵੀ ਕਰਦੇ ਸਨ। ਇਸ ਸਾਲ ਉਹ ਫਰਵਰੀ ਮਾਰਚ ਵਿੱਚ ਪੰਜਾਬ ਗਏ ਸਨ। ਇਹ ਸ਼ੁਰੂਆਤੀ ਦਿਨਾਂ ਤੋਂ ਇੱਥੇ ਬਤੌਰ ਦੁਕਾਨਦਾਰ ਕੰਮ ਕਰਦੇ ਰਹੇ, ਪਰ ਨਾਲ ਹੀ ਉਹਨਾਂ ਨੇ ਆਪਣੀ ਸਮਾਜ ਸੇਵਾ ਵਾਲਾ ਜਜ਼ਬਾ ਨਹੀਂ ਤਿਆਗਿਆ। ਉਹ ਬੇਸਹਾਰਿਆਂ ਨੂੰ ਖਾਣਾ ਦਿੰਦੇ, ਪੰਜਾਬ ਵਿੱਚ ਅੱਖਾਂ ਦੇ ਕੈਂਪ ਲਗਾਉਂਦੇ, ਸਿੰਘ ਸਭਾ ਸੈਂਟਰਲ ਗੁਰਦੁਆਰਾ ਸਾਹਿਬ ਵਿੱਚ ਆਪਣੇ ਹੱਥੀਂ ਸੇਵਾ ਕਰਦੇ। ਉਹਨਾਂ ਨੂੰ ਦੌੜਨ ਦਾ ਬੇਹੱਦ ਸ਼ੌਂਕ ਸੀ। ਪਵਨ ਸਿੰਘ ਦਾ ਕਹਿਣਾ ਹੈ ਕਿ ਉਹ ਮੈਰਾਥਨ ਦੌੜਾਕ ਸਨ। ਹਰ ਕਿਸੇ ਦੀ ਮਦਦ ਲਈ ਹਰ ਪਲ ਤਤਪਰ ਰਹਿਣ ਵਾਲੇ ਵਾਹਿਗੁਰੂ ਬਾਬਾ ਇਸ ਨਾਮੁਰਾਦ ਬਿਮਾਰੀ ਦੀ ਚਪੇਟ ਵਿੱਚ ਆ ਗਏ। ਉਹ ਹਸਪਤਾਲ ਵਿੱਚ ਜੇਰੇ ਇਲਾਜ ਸਨ। ਸਿਹਤ ਲਗਾਤਾਰ ਵਿਗੜ ਰਹੀ ਸੀ, ਪਰ ਉਹ ਵੇਖਣ 'ਚ ਪੂਰੀ ਤਰ੍ਹਾਂ ਚੜ੍ਹਦੀ ਕਲਾ 'ਚ ਨਜ਼ਰ ਆਉਂਦੇ ਸਨ। ਉਸ ਦੇ ਪੋਤਰੇ ਪਵਨ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦਾ ਨਹੀਂ ਬਲਕਿ ਪੂਰੇ ਗਲਾਸਗੋ ਦਾ ਘਾਟਾ ਹੈ। ਲੋਕ ਉਹਨਾਂ ਨਾਲ ਦਿਲੋਂ ਜੁੜੇ ਹੋਏ ਸਨ। ਉਹਨਾਂ ਦੀ ਸੇਵਾ ਭਾਵਨਾ ਅਤੇ ਹਰ ਕਿਸੇ ਦੀ ਮਦਦ ਲਈ ਹਰ ਪਲ ਤਿਆਰ ਰਹਿਣ ਦੇ ਉਹਨਾਂ ਦੇ ਜਜ਼ਬੇ ਦੀ ਹਰ ਪਾਸੇ ਕਦਰ ਹੈ। ਅੱਜ ਉਹਨਾਂ ਦੀ ਮੌਤ 'ਤੇ ਪੂਰਾ ਗਲਾਸਗੋ ਰੋ ਰਿਹਾ ਹੈ, ਵਾਹਿਗੁਰੂ ਬਾਬਾ ਨੂੰ ਯਾਦ ਕਰ ਰਿਹਾ ਹੈ। Many people have said, look, we wish we could honor him or respect him and or pay our respects in some way. The best way to do that is over the next few days, maybe if you just do like one good thing or one act of kindness for someone, just have a little smile to yourself, a cheeky smile to yourself and doff your cap to him. That's what he would do and that's what he would love. The Globe Advice Overseas Education te Immigration Company hagi hai. Sanu 35 saal da experience hai. ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।